ਪੰਚਾਇਤੀ ਚੋਣਾਂ ਦੇ ਵਿਚਾਲੇ ਨਵਾਂ ਵਿਵਾਦ ਛਿੜ ਗਿਆ। ਅਫਸਰਾਂ ਤੇ ਕਾਂਗਰਸੀਆਂ ਦਾ ਗੁੱਸਾ ਫੁੱਟਦਾ ਵੇਖਿਆ ਜਾ ਰਿਹਾ। ਪਹਿਲਾਂ ਸਾਂਸਦ ਰੰਧਾਵਾ ਨੇ ਡੀਸੀ ਨੂੰ ਧਮਕਾਇਆ ਸੀ ਤੇ ਹੁਣ ਵੜਿੰਗ ਤੋਂ ਬਾਅਦ ਡਿੰਪਾ ਨੇ ਡੀਐਸਪੀ ਨੂੰ ਧਮਕਾਇਆ। ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਦੱਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ, ਕੁਲਬੀਰ ਭੁੱਲ ਵੀ ਸਕਦਾ, ਕੁਲਬੀਰ ਮਾਫ ਵੀ ਕਰ ਸਕਦਾ, ਪਰ ਮੈਂ ਨਾ ਭੁੱਲਣਾ ਨਾ ਮਾਫ ਕਰਨਾ। ਮੈਂ ਆਪ ਬੰਦਈ ਬਣੂੰਗਾ, ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ, ਇੱਕ ਉਹਨੂੰ ਵੇਖ ਕੇ ਡਰਿਆ ਕਰਨਗੇ ਜਿਹੜੇ ਗਲਤ ਕੰਮ। ਪਹਿਲੀ ਅਕਤੂਬਰ ਨੂੰ ਜ਼ੀਰਾ ਦੇ ਵਿੱਚ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਝੜਪ ਹੋਈ ਸੀ। ਇਸ ਝੜਪ ਦੇ ਵਿੱਚ ਕਾਂਗਰਸ ਆਗੂ ਕੁਲਬੀਰ ਜ਼ੀਰਾ ਜ਼ਖਮੀ ਵੀ ਹੋ ਗਏ ਸਨ, ਜਿਸ ਤੋਂ ਬਾਅਦ ਕਾਂਗਰਸ ਲੀਡਰ ਜ਼ੀਰਾ ਨੇ ਡੀਐਸਪੀ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਪਰ ਉਸੇ ਹੀ ਦਿਨ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਵਿੱਚ ਇੱਕ ਹੰਗਾਮਾ ਹੋਇਆ ਸੀ, ਕਾਂਗਰਸੀ ਲੀਡਰ ਡੀਸੀ ਨੂੰ ਧਮਕਾਉਂਦੇ ਵੇਖੇ ਗਏ। ਔਰ ਤੁਸੀਂ ਇਹ ਵੀਡੀਓਜ਼ ਵੀ ਦੇਖੋ ਜਿਸ ਦੇ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਕਾਂਗਰਸੀ ਲੀਡਰ ਕਿਸ ਤਰ੍ਹਾਂ ਦੀ ਬੋਲੀ ਦਾ ਇਸਤੇਮਾਲ ਕਰ ਰਹੇ ਨੇ। ਜਿਹੜਾ ਪਰਚਾ ਦੇਣਾ ਦੇ ਬੈਠੇ, ਇਹ ਕੋਈ ਤਰੀਕਾ ਜੋ ਬਾਹਰ ਮਾਮਾ ਲੱਗਦਾ ਬਾਹਰ ਭੇਜਣ ਦਾ? ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ, ਸਾਲੇ ਕਰ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ, ਇੱਥੋਂ ਡੀਟੀਓ ਰਹਿ ਗਈ ਜਾਨੂੰ ਪਤਾ ਤੁਹਾਨੂੰ। ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹੁੰਦਾ, ਲੈ ਮਿੱਤਰਾ ਅੱਜ ਗੱਲ ਯਾਦ ਰੱਖੀ, ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ 'ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ। ਇਹ ਨਹੀਂ ਗਾ ਕਿ ਮੈਂ ਉੱਥੇ ਜਾ ਕੇ ਲੱਗ ਜਾਊਂਗਾ ਉਸ ਚਹੇਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀ, ਤੇਰੇ ਹੁਣ ਜ਼ੋਰ ਲਾ ਲਾ, ਜੋ ਇਹ ਜੀਰੇ ਨੂੰ ਤੂੰ ਕੁਛ ਹੋਰ ਕਰ ਸਕਦਾ ਤਾਂ ਉਹ ਵੀ ਕਰ ਲਾ, ਤੇਰਾ ਜਿੰਨਾ ਜ਼ੋਰ ਹੈਗਾ। ਹੁਣ ਕੋਈ ਕਸਰ ਨਾ ਛੱਡੀ, ਇਹਨਾਂ ਨੂੰ ਜ਼ਰੂਰ ਖੁਸ਼ ਕਰ ਲਾ, ਪਰ ਅਸੀਂ ਸਮਾਂ ਆਉਣ ਤੇ ਤੈਨੂੰ ਬਖਸ਼ਣਾ ਨਹੀਂ ਗਾ। ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਦੱਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ, ਕੁਲਬੀਰ ਭੁੱਲ ਵੀ ਸਕਦਾ, ਕੁਲਬੀਰ ਮਾਫ ਵੀ ਕਰ ਸਕਦਾ, ਪਰ ਮੈਂ ਨਾ ਭੁੱਲਣਾ ਨਾ ਮਾਫ ਕਰਨਾ। ਮੈਂ ਆਪ ਬੰਦਈ ਬਣੂੰਗਾ, ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ, ਇੱਕ ਉਹਨੂੰ ਵੇਖ ਕੇ ਡਰਿਆ ਕਰਨਗੇ ਜਿਹੜੇ ਗਲਤ ਕੰਮ ਕਰਨ ਵਾਲੇ। ਪੰਚਾਇਤੀ ਚੋਣਾਂ ਦੇ ਵਿਚਾਲੇ ਨਵਾਂ ਵਿਵਾਦ ਛਿੜ ਗਿਆ। ਅਫਸਰਾਂ ਤੇ ਕਾਂਗਰਸੀਆਂ ਦਾ ਗੁੱਸਾ ਫੁੱਟਦਾ ਵੇਖਿਆ ਜਾ ਰਿਹਾ। ਪਹਿਲਾਂ ਸਾਂਸਦ ਰੰਧਾਵਾ ਨੇ ਡੀਸੀ ਨੂੰ ਧਮਕਾਇਆ ਸੀ ਤੇ ਹੁਣ ਵੜਿੰਗ ਤੋਂ ਬਾਅਦ ਡਿੰਪਾ ਨੇ ਡੀਐਸਪੀ ਨੂੰ ਧਮਕਾਇਆ। ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਦੱਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ, ਕੁਲਬੀਰ ਭੁੱਲ ਵੀ ਸਕਦਾ, ਕੁਲਬੀਰ ਮਾਫ ਵੀ ਕਰ ਸਕਦਾ, ਪਰ ਮੈਂ ਨਾ ਭੁੱਲਣਾ ਨਾ ਮਾਫ ਕਰਨਾ। ਮੈਂ ਆਪ ਬੰਦਈ ਬਣੂੰਗਾ, ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ, ਇੱਕ ਉਹਨੂੰ ਵੇਖ ਕੇ ਡਰਿਆ ਕਰਨਗੇ ਜਿਹੜੇ ਗਲਤ ਕੰਮ।
ਤੇ 1 ਅਕਤੂਬਰ ਨੂੰ ਜ਼ੀਰਾ ਦੇ ਵਿੱਚ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਝੜਪ ਹੋਈ ਸੀ। ਇਸ ਝੜਪ ਦੇ ਵਿੱਚ ਕਾਂਗਰਸ ਆਗੂ ਕੁਲਬੀਰ ਜ਼ੀਰਾ ਜ਼ਖਮੀ ਵੀ ਹੋ ਗਏ ਸਨ, ਜਿਸ ਤੋਂ ਬਾਅਦ ਕਾਂਗਰਸ ਲੀਡਰ ਜ਼ੀਰਾ ਨੇ DSP ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਪਰ ਉਸੇ ਹੀ ਦਿਨ ਗੁਰਦਾਸਪੁਰ ਦੇ DC ਦਫ਼ਤਰ ਦੇ ਵਿੱਚ ਇੱਕ ਹੰਗਾਮਾ ਹੋਇਆ ਸੀ, ਕਾਂਗਰਸੀ ਲੀਡਰ DC ਨੂੰ ਧਮਕਾਉਂਦੇ ਵੇਖੇ ਗਏ। ਔਰ ਤੁਸੀਂ ਇਹ ਵੀਡੀਓਜ਼ ਵੀ ਦੇਖੋ ਜਿਸ ਦੇ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਕਾਂਗਰਸੀ ਲੀਡਰ ਕਿਸ ਤਰ੍ਹਾਂ ਦੀ ਬੋਲੀ ਦਾ ਇਸਤੇਮਾਲ ਕਰ ਰਹੇ ਨੇ। ਜਿਹੜਾ ਪਰਚਾ ਦੇਣਾ ਦਰਿਆ ਬੈਠੇ ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਲੱਗਦਾ ਬਾਹਰ ਭੇਜਣ ਦਾ ਮਾਰਦੇ ਜਿੱਦਾਂ ਨਵੇਂ DC ਆ ਗਿਆ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ ਸਾਲੇ ਕਰਿਆ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ, ਇੱਥੋਂ DTO ਰਹਿ ਗਈ ਜਾਨੂੰ ਪਤਾ ਤੁਹਾਨੂੰ। ਔਰ ਮੈਂ ਪਹਿਲਾਂ ਤਾਂ DSP ਨੂੰ ਦੱਸ ਦੇਣਾ ਚਾਹੁੰਦਾ, ਲੈ ਮਿੱਤਰਾ ਅੱਜ ਗੱਲ ਯਾਦ ਰੱਖੀ, ਤੇਰੇ ਜੇ DSP ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ 'ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ। ਇਹ ਨਹੀਂ ਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀ, ਤੇਰੇ ਹੁਣ ਜ਼ੋਰ ਲਾ ਲਾ, ਜੋ ਇਹ ਜੀਰੇ ਨੂੰ ਤੂੰ ਕੁਛ ਹੋਰ ਕਰ ਸਕਦਾ ਤਾਂ ਉਹ ਵੀ ਕਰ ਲਾ, ਤੇਰਾ ਜਿੰਨਾ ਜ਼ੋਰ ਹੈਗਾ। ਹੁਣ ਕੋਈ ਕਸਰ ਨਾ ਛੱਡੀ, ਇਹਨਾਂ ਨੂੰ ਜ਼ਰੂਰ ਖੁਸ਼ ਕਰ ਲਾ, ਪਰ ਅਸੀਂ ਸਮਾਂ ਆਉਣ ਤੇ ਤੈਨੂੰ ਬਖਸ਼ਣਾ ਨਹੀਂ ਗਾ। ਕਹਿੰਦਾ DSP ਨੂੰ ਇੱਕ ਗੱਲ ਯਾਦ ਦੱਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ, ਕੁਲਬੀਰ ਭੁੱਲ ਵੀ ਸਕਦਾ, ਕੁਲਬੀਰ ਮਾਫ਼ ਵੀ ਕਰ ਸਕਦਾ, ਪਰ ਮੈਂ ਨਾ ਭੁੱਲਣਾ ਨਾ ਮਾਫ਼ ਕਰਨਾ, ਮੈਂ ਆਪ ਬੰਦਈ ਬਣੂੰਗਾ, ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ, ਇੱਕ ਉਹਨੂੰ ਵੇਖ ਕੇ ਡਰਿਆ ਕਰਨਗੇ ਜਿਹੜੇ ਗਲਤ ਕੰਮ।